ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਟਰੈਕਟਰ ਟਰਾਲੀ ਦੇ SYL ਦੇ ਵਿੱਚ ਪਲਟ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਇਸ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਅਤੇ ਦੂਜੇ ਪਾਸੇ ਇੱਕ ਟਰੈਕਟਰ ਟਰਾਲੀ ਜੋ ਹੈ, ਦੱਸਿਆ ਜਾ ਰਿਹਾ ਕਿ ਟੈਂਟ ਦਾ ਸਮਾਨ ਲੈ ਕੇ ਜਾ ਰਹੀ ਸੀ, ਇਹ SYL ਨਹਿਰ ਦੇ ਵਿੱਚ ਪਲਟੀ ਹੋਈ ਹੈ, ਜਿਸ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋਈ ਹੈ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਟਰੈਕਟਰ ਟਰਾਲੀ ਹੈ ਉਹ ਕਾਫ਼ੀ ਜ਼ਿਆਦਾ ਨੀਚੇ ਚਲੀ ਗਈ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਇੱਕ ਲੜਕੇ ਦੀ ਦੱਸਿਆ ਜਾ ਰਿਹਾ ਹੈ ਕਿ ਦਰਦਨਾਕ ਮੌਤ ਹੋਈ ਹੈ। ਤਾਂ ਦੱਸ ਦਈਏ ਕਿ ਮਾਮਲਾ ਰੋਪੜ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਟਰੈਕਟਰ ਟਰਾਲੀ ਜਦੋਂ ਟੈਂਟ ਦਾ ਸਮਾਨ ਛੱਡਣ ਦੇ ਲਈ ਜਾ ਰਹੀ ਸੀ ਤਾਂ ਅਚਾਨਕ ਹੀ ਰਸਤੇ 'ਚ ਬੇਕਾਬੂ ਹੋਈ ਅਤੇ SYL ਨਹਿਰ ਦੇ ਵਿੱਚ ਜਾ ਪਲਟੀ ਹੈ। ਹਾਲਾਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਆਏ ਦਿਨ ਵੱਡੇ ਵੱਡੇ ਹਾਦਸੇ ਵਾਪਰਦੇ ਨੇ, ਪਰੰਤੂ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਢੁਕਵਾਂ ਪ੍ਰਬੰਧ ਇੱਥੇ ਨਹੀਂ ਕੀਤਾ ਜਾ ਰਿਹਾ। ਤਾਂ ਦੱਸ ਦਈਏ ਕਿ ਬੇਹੱਦ ਦਰਦਨਾਕ ਖਬਰ ਰੋਪੜ ਤੋਂ ਸਾਹਮਣੇ ਆਈ ਹੈ। ਮੇਰਾ ਨਾਮ ਜਸਵੀਰ ਸਿੰਘ ਹੈ ਜੀ, ਲਾਗੇ ਮੇਰਾ ਪਿੰਡ ਹੈ, ਮੇਰੀ ਵਾਈਫ ਸਰਪੰਚ ਹੈ ਜੀ। ਕੱਲ੍ਹ 7:30 ਵਜੇ ਨਾ ਆਪਣਾ ਭੱਠੇਪੁਰ ਦੇ ਟਰੈਕਟਰ ਲੈ ਕੇ ਆ ਰਹੇ ਸੀਗੇ ਅਤੇ ਗੁਰਪੁਰਬ ਸੀਗਾ, ਕੱਲ੍ਹ ਹੀ ਗੁਰਪੁਰਬ ਕਰਕੇ ਉਹਨਾਂ ਨੇ ਆਪਣਾ ਇੱਥੇ ਸਮਾਨ ਛੱਡਣ ਜਾ ਰਹੇ ਸੀਗੇ ਟੈਂਟ ਦਾ, ਰਾਤ ਨੂੰ 7:30 ਵਜੇ ਅਨਵੈਲਸ ਹੋ ਗਿਆ ਉੱਥੇ ਅਤੇ ਟਰੈਕਟਰ ਇਹਨਾਂ ਦਾ 7:30 ਵਜੇ ਜੀ, ਅਤੇ ਟੋਏ ਮਾਂ ਅਨਵੈਲਸ ਹੋ ਕੇ ਟਰੈਕਟਰ ਸਿੱਧਾ ਅੰਦਰ ਚਲੇ ਗਏ, ਨਹਿਰ ਵਿੱਚ ਚਲੇ ਗਏ ਅਤੇ ਉਸ ਤੋਂ ਬਾਅਦ ਇਹਨਾਂ ਦੀ ਇੱਕ ਬੰਦੇ ਦੀ ਡੈਥ ਹੋ ਗਈ, ਬਾਕੀ ਕਿਸੇ ਦੀ ਲੱਤ 'ਤੇ ਫ੍ਰੈਕਚਰ ਹੋ ਗਿਆ, ਕਿਸੇ ਦਾ ਲੱਕ, ਕਿਸੇ ਦਾ ਮੂੰਹ, ਯਾਨੀ ਕਿ 4-5 ਬੰਦੇ ਸੀਗੇ ਇਹ। ਇਹ ਜੀ ਪਹਿਲਾਂ ਵੀ 2-3 ਹਾਦਸੇ ਵਾਲੇ ਪਹਿਲਾਂ ਵੀ ਅਸੀਂ ਸਰਕਾਰ ਨੂੰ ਇਹੀ ਲਾਇਆ ਵੀ ਲਾਗਣਾ ਨਹਿਰ ਰੇਲਿੰਗ ਲੱਗਣੀ ਚਾਹੀਦੀ ਹੈ, ਵਾਰ ਵਾਰ ਹਾਦਸੇ ਹੋ ਰਹੇ ਇੱਥੇ। ਹੁਣ 2-3 ਮਹੀਨੇ ਪਹਿਲਾਂ ਵੀ ਇੱਥੇ ਗੱਡੀ ਵਿੱਚ ਉਹੀ ਜਗ੍ਹਾ 'ਤੇ ਸੇਮ ਉਹੀ ਜਗ੍ਹਾ 'ਤੇ ਗੱਡੀ ਗਿਰ ਗਈ ਉਰੇ, ਮੈਰਿਜ 'ਤੇ ਜਾ ਰਹੇ ਸੀਗੇ ਬੰਦੇ, ਬੱਚੇ ਨਾਲ ਸੀਗੇ ਉਹਨਾਂ ਦੇ। ਉਸ ਤੋਂ ਪਹਿਲਾਂ ਵੀ 2 ਸਾਲ ਪਹਿਲਾਂ ਵੀ ਗੱਡੀ ਗਿਰ ਗਈ, ਇਹਦੇ ਵਿੱਚ ਇੱਕ ਮੋਟਰਸਾਈਕਲ ਵਾਲਾ ਵਿੱਚ ਗਿਰ ਗਿਆ ਅੱਗਿਓਂ ਵੀ। ਲਾਗ ਲਾਗ ਜਿੰਨੇ ਵੀ ਹਾਈਵੇ ਰੋਡ ਆ, ਮੇਨ ਰੋਡ ਆ ਜੀ ਇਹ ਪਿੰਡਾਂ ਦੇ, ਅਤੇ ਇਹਦੇ ਵਿੱਚ ਲਾਗ ਲਾਗ ਸਾਰੀ ਰੇਲਿੰਗ ਲੱਗਣੀ ਚਾਹੀਦੀ। ਸਰਕਾਰ ਨੂੰ ਇਹੀ ਅਸੀਂ ਬੇਨਤੀ ਕਰਦੇ ਹਾਂ, ਪਲੀਜ਼ ਇਹੋ ਜਿਹੇ ਹਾਦਸੇ ਨਾ ਦੁਆਰੇ ਹੋਵੇ, ਇਹ ਰੇਲਿੰਗ ਲੱਗਣੀ ਚਾਹੀਦੀ ਹੈ। ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਟਰੈਕਟਰ ਟਰਾਲੀ ਦੇ SYL ਦੇ ਵਿੱਚ ਪਲਟ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਇਸ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਅਤੇ ਦੂਜੇ ਪਾਸੇ ਇੱਕ ਟਰੈਕਟਰ ਟਰਾਲੀ ਜੋ ਹੈ, ਦੱਸਿਆ ਜਾ ਰਿਹਾ ਕਿ ਟੈਂਟ ਦਾ ਸਮਾਨ ਲੈ ਕੇ ਜਾ ਰਹੀ ਸੀ, ਇਹ SYL ਨਹਿਰ ਦੇ ਵਿੱਚ ਪਲਟੀ ਹੋਈ ਹੈ, ਜਿਸ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਹੋਈ ਹੈ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਟਰੈਕਟਰ ਟਰਾਲੀ ਹੈ ਉਹ ਕਾਫ਼ੀ ਜ਼ਿਆਦਾ ਨੀਚੇ ਚਲੀ ਗਈ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਇੱਕ ਲੜਕੇ ਦੀ ਦੱਸਿਆ ਜਾ ਰਿਹਾ ਹੈ ਕਿ ਦਰਦਨਾਕ ਮੌਤ ਹੋਈ ਹੈ। ਤਾਂ ਦੱਸ ਦਈਏ ਕਿ ਮਾਮਲਾ ਰੋਪੜ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਟਰੈਕਟਰ ਟਰਾਲੀ ਜਦੋਂ ਟੈਂਟ ਦਾ ਸਮਾਨ ਛੱਡਣ ਦੇ ਲਈ ਜਾ ਰਹੀ ਸੀ ਤਾਂ ਅਚਾਨਕ ਹੀ ਰਸਤੇ 'ਚ ਬੇਕਾਬੂ ਹੋਈ ਅਤੇ SYL ਨਹਿਰ ਦੇ ਵਿੱਚ ਜਾ ਪਲਟੀ ਹੈ। ਹਾਲਾਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਆਏ ਦਿਨ ਵੱਡੇ ਵੱਡੇ ਹਾਦਸੇ ਵਾਪਰਦੇ ਨੇ, ਪਰੰਤੂ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਢੁਕਵਾਂ ਪ੍ਰਬੰਧ ਇੱਥੇ ਨਹੀਂ ਕੀਤਾ ਜਾ ਰਿਹਾ। ਤਾਂ ਦੱਸ ਦਈਏ ਕਿ ਬੇਹੱਦ ਦਰਦਨਾਕ ਖਬਰ ਰੋਪੜ ਤੋਂ ਸਾਹਮਣੇ ਆਈ ਹੈ। ਮੇਰਾ ਨਾਮ ਜਸਵੀਰ ਸਿੰਘ ਹੈ ਜੀ, ਲਾਗੇ ਮੇਰਾ ਪਿੰਡ ਹੈ, ਮੇਰੀ ਵਾਈਫ ਸਰਪੰਚ ਹੈ ਜੀ। ਕੱਲ੍ਹ 7:30 ਵਜੇ ਨਾ ਆਪਣਾ ਭੱਠੇਪੁਰ ਦੇ ਟਰੈਕਟਰ ਲੈ ਕੇ ਆ ਰਹੇ ਸੀਗੇ ਅਤੇ ਗੁਰਪੁਰਬ ਸੀਗਾ, ਕੱਲ੍ਹ ਹੀ ਗੁਰਪੁਰਬ ਕਰਕੇ ਉਹਨਾਂ ਨੇ ਆਪਣਾ ਇੱਥੇ ਸਮਾਨ ਛੱਡਣ ਜਾ ਰਹੇ ਸੀਗੇ ਟੈਂਟ ਦਾ, ਰਾਤ ਨੂੰ 7:30 ਵਜੇ ਅਨਵੈਲਸ ਹੋ ਗਿਆ ਉੱਥੇ ਅਤੇ ਟਰੈਕਟਰ ਇਹਨਾਂ ਦਾ 7:30 ਵਜੇ ਜੀ, ਅਤੇ ਟੋਏ ਮਾਂ ਅਨਵੈਲਸ ਹੋ ਕੇ
ਟਰੈਕਟਰ ਸਿੱਧਾ ਅੰਦਰ ਚਲੇ ਗਏ, ਨਹਿਰ ਵਿੱਚ ਚਲੇ ਗਏ। ਅਤੇ ਉਸ ਤੋਂ ਬਾਅਦ ਇਹਨਾਂ ਦੀ ਇੱਕ ਬੰਦੇ ਦੀ ਡੈਥ ਹੋ ਗਈ, ਬਾਕੀ ਕਿਸੇ ਦੀ ਲੱਤ 'ਤੇ ਫ੍ਰੈਕਚਰ ਹੋ ਗਿਆ, ਕਿਸੇ ਦਾ ਲੱਕ, ਕਿਸੇ ਦਾ ਮੂੰਹ, ਯਾਨੀ ਕਿ 4-5 ਬੰਦੇ ਸੀਗੇ ਇਹ। ਇਹ ਜੀ ਪਹਿਲਾਂ ਵੀ 2-3 ਹਾਦਸੇ ਵਾਲੇ, ਪਹਿਲਾਂ ਵੀ ਅਸੀਂ ਸਰਕਾਰ ਨੂੰ ਇਹੀ ਲਾਇਆ ਵੀ ਲਾਗ ਨਾ ਨਹਿਰ ਰੇਲਿੰਗ ਲੱਗਣੀ ਚਾਹੀਦੀ ਹੈ। ਵਾਰ ਵਾਰ ਹਾਦਸੇ ਹੋ ਰਹੇ, ਅਤੇ ਹੁਣ 2-3 ਮਹੀਨੇ ਪਹਿਲਾਂ ਵੀ ਇੱਥੇ ਗੱਡੀ ਵਿੱਚ ਉਹੀ ਜਗ੍ਹਾ 'ਤੇ, ਸੇਮ ਉਹੀ ਜਗ੍ਹਾ 'ਤੇ ਗੱਡੀ ਗਿਰ ਗਈ ਉਰੇ। ਮੈਰਿਜ 'ਤੇ ਜਾ ਰਹੇ ਸੀਗੇ ਬੰਦੇ, ਬੱਚੇ ਨਾਲ ਸੀਗੇ ਉਹਨਾਂ ਦੇ। ਉਸ ਤੋਂ ਪਹਿਲਾਂ ਵੀ 2 ਸਾਲ ਪਹਿਲਾਂ ਵੀ ਗੱਡੀ ਗਿਰ ਗਈ, ਇਹਦੇ ਵਿੱਚ ਇੱਕ ਮੋਟਰਸਾਈਕਲ ਵਾਲਾ ਵਿੱਚ ਗਿਰ ਗਿਆ ਅੱਗਿਓਂ। ਵੀ ਲਾਗ ਜਿੰਨੇ ਵੀ ਹਾਈਵੇ ਰੋਡ ਆ, ਮੇਨ ਰੋਡ ਆ ਜੀ ਇਹ ਪਿੰਡਾਂ ਦੇ, ਅਤੇ ਇਹਦੇ ਵਿੱਚ ਲਾਗ ਸਾਰੀ ਰੇਲਿੰਗ ਲੱਗਣੀ ਚਾਹੀਦੀ। ਸਰਕਾਰ ਨੂੰ ਇਹੀ ਅਸੀਂ ਬੇਨਤੀ ਕਰਦੇ ਹਾਂ, ਪਲੀਜ਼ ਇਹੋ ਜਿਹੇ ਹਾਦਸੇ ਨਾ ਦੁਬਾਰੇ ਹੋਵੇ, ਇਹ ਰੇਲਿੰਗ ਲੱਗਣੀ ਚਾਹੀਦੀ ਹੈ।